ਤੁਸੀਂ ਦੇਖ ਰਹੇ ਹੋ ਲਗਾਤਾਰ ਬਾਰਿਸ਼ ਪੈਣ ਕਾਰਨ ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਪੂਰੀ ਤਰ੍ਹਾਂ ਤਬਾਹ ਹੋ ਚੁੱਕੀਆਂ ਨੇ। ਤੁਸੀਂ ਦੇਖ ਰਹੇ ਹੋ ਕਿ ਕਿਸਾਨ ਵੀਰਾਂ ਦੀ ਨਰਮੀ ਦੀ ਫਸਲ ਹੈ ਜਿਹੜੀ ਪਾਣੀ ਵਿੱਚ ਡੁੱਬਣ ਕਾਰਨ ਵੱਡੀ ਪੱਧਰ 'ਤੇ ਨੁਕਸਾਨ ਹੋਇਆ, ਔਰ ਕਿਸਾਨਾਂ ਨੇ ਮੁਆਵਜ਼ੇ ਦੀ ਜਿਹੜੀ ਮੰਗ ਕੀਤੀ ਆ। ਔਰ ਤਲਵੰਡੀ ਸਾਬੋ ਵਿੱਚ ਤੁਸੀਂ ਦੇਖ ਰਹੇ ਹੋ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਵਿੱਚ ਜਿਹੜੇ ਲਗਾਤਾਰ ਪਾਣੀ ਕਾਰਨ ਦੁਕਾਨਾਂ ਅਤੇ ਤਖ਼ਤ ਸਾਹਿਬ ਦਾ ਮੇਨ ਗੇਟ ਆ ਉਹ ਡੁੱਬਿਆ ਦਿਖਾਈ ਦੇ ਰਿਹਾ, ਔਰ ਝੋਨੇ ਦੀ ਫਸਲ ਲਗਾਤਾਰ ਨੁਕਸਾਨੀ ਜਾ ਰਹੀ ਹੈ, ਔਰ ਪਾਣੀ ਜ਼ਿਆਦਾ ਪੈਣ ਕਾਰਨ ਇਸ ਨੂੰ ਖਤਮ ਹੋਣ ਦੇ ਲਗਾਤਾਰ ਚਾਂਸ ਬਣੇ ਹੋਏ ਨੇ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਜਸਵੀਰ ਸਿੱਧੂ ਚੜ੍ਹਦੀ ਕਲਾ ਮਾਲਵਾ ਨਿਊਜ਼ 'ਤੇ ਇੱਕ ਵਾਰ ਫਿਰ ਤੁਹਾਡੇ ਰੂਬਰੂ ਹੋ ਰਿਹਾ। ਅਸੀਂ ਪਹੁੰਚੇ ਤਲਵੰਡੀ ਸਾਬੋ ਅਤੇ ਇੱਥੇ ਦੇਖ ਰਹੇ ਹਾਂ ਕਿ ਬਹੁਤ ਜ਼ਿਆਦਾ ਬਾਰਿਸ਼ ਪੈਣ ਕਾਰਨ ਫਸਲਾਂ ਦਾ ਜਿਹੜਾ ਕਾਫੀ ਵੱਡਾ ਨੁਕਸਾਨ ਹੋਇਆ, ਅਤੇ ਕਿਸਾਨ ਵੀਰਾਂ ਤੋਂ ਜਾਣਦੇ ਹਾਂ ਕਿ ਇਹ ਬਾਰਿਸ਼ ਪੈਣ ਕਾਰਨ ਕਿੰਨਾ ਕੁ ਨੁਕਸਾਨ ਹੋਏਗਾ। ਹਾਂਜੀ ਬਾਬਾ, ਕੀ ਨਾਂ ਤੁਹਾਡਾ ਜੀ? ਮੇਰਾ ਨਾਂ ਚੇਤਾ ਸਿੰਘ ਮਹਿਰਮੀ ਆ ਜੀ। ਹਾਂਜੀ, ਤਲਵੰਡੀ ਸਾਬੋ। ਤਲਵੰਡੀ ਸਾਬੋ ਦੇ ਵਿੱਚ ਜਿਹੜੀ ਬਾਰਿਸ਼ ਹੋਈ ਹੈ, ਮੀਂਹ ਪਿਆ, ਉਹ ਕਿੰਨਾ ਕੁ ਪਿਆ ਅਤੇ ਕਿੰਨਾ ਕੁ ਨੁਕਸਾਨ ਲੱਗਦਾ ਤੁਹਾਨੂੰ? ਬਹੁਤ ਹੀ ਜ਼ਿਆਦਾ ਜੀ, ਅਸੀਂ ਤਾਂ ਜਮਾਂ ਹੀ ਮਾਰਤੇ। ਠੀਕ ਹੈ ਜੀ। ਹਾਂਜੀ, ਪਾਣੀ ਕਿੰਨਾ ਕੁ ਖੜਾ ਨਰਮੇ ਦੇ ਵਿੱਚ ਤੇ ਝੋਨੇ ਦੇ ਵਿੱਚ? 4 ਫੁੱਟ ਪਾਣੀ ਖੜਾ ਜੀ। ਕੀ ਮੰਨਦੇ ਹੋ ਜਿਹੜਾ ਤੁਸੀਂ ਪਾਣੀ ਕੱਢ ਰਹੇ ਹੋ, ਸਫਲ ਹੋ ਜਾਓਗੇ ਪਾਣੀ ਨੂੰ ਕੱਢਣ ਦੇ ਵਿੱਚ, ਜਾਂ ਨਰਮੇ ਦਾ ਕੋਈ ਨੁਕਸਾਨ ਹੋ ਸਕਦਾ ਜਾਂ ਝੋਨੇ ਦਾ ਜੀ? ਜਦੋਂ ਵੀ ਧੁੱਪ ਲੱਗੀ ਨਰਮਾ ਮੱਚੂਗਾ ਜੀ, ਨਰਮਾ ਮੱਚਣ ਦੇ ਹਾਲਾਤ ਹੈਗੇ। ਹਾਂਜੀ, ਕਿੰਨਾ ਕੁ ਨੁਕਸਾਨ ਹੋ ਸਕਦਾ ਜੀ? ਕਿੰਨਾ ਕੁ ਨੁਕਸਾਨ ਹੋ ਸਕਦਾ? ਅੱਧ ਨੂੰ ਨੁਕਸਾਨ ਹੋ ਸਕਦਾ? ਇੱਕ ਕਿੱਲੇ 'ਚ ਨਾ ਜੀ 40,000 ਦਾ ਨੁਕਸਾਨ ਹੈ ਸਾਡਾ। ਠੀਕ ਹੈ ਜੀ। ਹਾਂਜੀ, ਕੀ ਮੰਗ ਕਰਦੇ ਹੋ ਸਰਕਾਰ ਤੋਂ? ਕੋਈ ਕਿਸੇ ਨੇ ਤਾਂ ਸਾਡੀ ਬਾਤ ਹੀ ਨਹੀਂ ਪੁੱਛੀ ਜੀ। ਠੀਕ ਹੈ ਜੀ ਜੀ ਜੀ। ਹਾਂਜੀ, ਹੁਣ ਤੱਕ ਨਾ SDM ਸਾਹਿਬ ਨੇ ਨਾ ਕੋਈ ਸਰਕਾਰੀ ਅਧਿਕਾਰੀ ਨੇ, ਸਾਡਾ ਤਾਂ ਬੁਰਾ ਹਾਲ ਹੈ। ਕੋਈ ਮੁਆਵਜ਼ੇ ਦੀ ਮੰਗ ਕਰਦੇ ਹੋ? ਕੋਈ ਮੁਆਵਜ਼ਾ ਤਾਂ ਕਰਦੇ ਹਾਂ ਜੀ, ਪਰ ਸਰਕਾਰ ਦੇ ਝੂਠੇ ਵਾਅਦੇ, ਲੀਡਰਾਂ ਦੇ ਝੂਠੇ ਵਾਅਦੇ ਜੀ। ਦੁਖੀ ਹੋ? ਦੁਖੀ ਹਾਂ ਜੀ, ਬੇਅੰਤ। ਕਿਸਾਨ ਵੀਰਾਂ ਨੇ ਦੱਸਿਆ ਕਿ ਸਰਕਾਰਾਂ ਜਿਹੜੀਆਂ ਹਰ ਵਾਰ ਇਸ ਤਰ੍ਹਾਂ ਦੇ ਨੁਕਸਾਨ ਹੁੰਦੇ ਆ, ਕੋਈ ਗਰਦਾਵਰੀਆਂ ਕਰਾ ਕੇ ਕੋਈ ਮੁਆਵਜ਼ਾ ਮਿਲਿਆ, ਇਸ ਤਰ੍ਹਾਂ ਦੇ ਹਾਲਾਤ ਨਹੀਂ ਪੈਦਾ ਹੁੰਦੇ, ਅਤੇ ਜੇਕਰ ਕੁਛ ਮਿਲਦਾ ਵੀ ਆ ਤਾਂ ਉਹਨਾਂ ਤੋਂ ਜਿਹੜੇ ਕਿਸਾਨ ਵੀਰ ਸੰਤੁਸ਼ਟ ਹੋ ਤੁਸੀਂ? ਤੁਹਾਨੂੰ ਜੇ ਕੁਛ ਸਰਕਾਰ ਦੇ ਵੀ ਦਿੰਦੀ ਹੈ? ਜੇ ਕੋਈ ਦੇਵੇ ਤਾਂ ਜੀ ਫਿਰ ਹੀ ਕਬੀਲਦਾਰੀ ਚੱਲੂਗੀ, ਦੇਖੋ। ਹਾਂਜੀ, ਕਿਸਾਨ ਵੀਰ ਨੇ ਦੱਸਿਆ ਕਿ ਸੰਤੁਸ਼ਟ ਨਹੀਂ ਜਿਹੜੀਆਂ ਗਤੀਵਿਧੀਆਂ, ਇੰਨਾ ਨੁਕਸਾਨ ਹੁੰਦਾ ਝੋਨੇ ਦੀ ਫਸਲ ਦਾ ਹਰ ਵਾਰ ਨਰਮੇ ਦਾ, ਅਤੇ ਚੜ੍ਹਦੀ ਕਲਾ ਮਾਲਵਾ ਨਿਊਜ਼ ਰਾਹੀਂ ਅਸੀਂ ਸਰਕਾਰ ਤੱਕ ਆਵਾਜ਼ ਪਹੁੰਚਾਉਂਦੇ ਹਾਂ ਕਿ ਜੇਕਰ ਹੋ ਸਕਦਾ ਤਾਂ ਕਿਸਾਨ ਵੀਰਾਂ ਦੇ ਜਿਹੜੇ ਨੁਕਸਾਨ ਹੋਏ ਫਸਲਾਂ ਦੀ ਗਰਦਾਵਰੀ ਵਗੈਰਾ ਕਰਾ ਕੇ ਉਹਨਾਂ ਨੂੰ ਬਣਦਾ ਜਿਹੜਾ ਮੁਆਵਜ਼ਾ ਦਿੱਤਾ ਜਾਵੇ। ਚੜ੍ਹਦੀ ਕਲਾ ਮਾਲਵਾ ਨਿਊਜ਼ ਲਈ ਤਲਵੰਡੀ ਸਾਬੋ ਤੋਂ ਜਸਵੀਰ ਸਿੱਧੂ।